सो आप गल कर रहे थे कि गन्ने का बीज प्रति एकड़ आपां नूं किन्ना क चाहिए ते ओह किन्ने गन्ने चो निकल सकता। ठीक है, तो आपां जिहड़ा हैगा इस विधि तहत जिहड़ी विधि मैं तुहाडे सामने रखी है, 4.5 फुट च दो लाइना, 11 फुट खाली, फिर 4.5 फुट च दो लाइना, इस पैटर्न ते आपां नूं कोई 4,000 अखा चाहिए। किनिया? 4,000 अखा। ठीक है, तो आप की करांगे, दो अखा दी एक पोरी लवांगे, एक पोरी लवांगे जिहदे दो अखा होण, तो एक पोरी ते किनिया अखा होंदियां? एक तो एक इतों कट लिया, इधरला पासा एक ते दूजा सेंटर चो कट दे जाओ। ठीक है, तो सेंटर चो कर दे जाओ। एडी क गेठक दी पोरी है जिहड़ी, उहदे विचों इस गन्ने ते किन्नियां अखां आ गईआं? दो। इह तां हो गिआ कि बीज किस तरहां दा होएगा, दो अखां दी एक पोरी साडा गन्ने दा बीज है, पर कहिड़ियां पोरियां नहीं लैणियां, गन्ने दा ਕਿਹੜਾ ਹਿੱਸਾ ਬੀਜ ਵਾਸਤੇ ਇਸਤੇਮਾਲ ਨਹੀਂ ਕਰਨਾ ਉਹ ਦੇਖ ਲਓ। ਆਹ ਜਿਹੜੀਆਂ ਪਹਿਲੀਆਂ ਤਿੰਨ ਪੋਰੀਆਂ ਤੁਸੀਂ ਦੇਖ ਰਹੇ ਹੋ ਜੜ ਦੇ ਨਾਲ ਵਾਲੀਆਂ, ਇਹਨਾਂ ਦਾ ਰੰਗ ਬਾਕੀ ਗੰਨੇ ਨਾਲੋਂ ਅਲੱਗ ਹੈ, ਕਾਲਾ ਹੈ। ਇਹ ਹਿੱਸਾ ਗੰਨੇ ਦਾ ਬੀਜ ਬਣਾਉਣ ਵਾਸਤੇ ਆਪਾਂ ਨਹੀਂ ਇਸਤੇਮਾਲ ਕਰਨਾ, ਕਿਉਂਕਿ ਇਸ ਹਿੱਸੇ ਦੇ ਵਿੱਚ ਜਿਹੜਾ ਹੈਗਾ ਸ਼ੂਗਰ ਕੰਟੈਂਟ ਜ਼ਿਆਦਾ। ਕੀ ਇਹਦੇ 'ਚ? ਸ਼ੂਗਰ ਕੰਟੈਂਟ ਖੰਡ, ਖੰਡ ਇਹਦੇ 'ਚ ਜ਼ਿਆਦਾ, ਅਤੇ ਜਿੱਥੇ ਸ਼ੂਗਰ ਕੰਟੈਂਟ ਜ਼ਿਆਦਾ ਹੁੰਦਾ ਉੱਥੇ ਜੰਮਣ ਸ਼ਕਤੀ ਜਰਮੀਨੇਸ਼ਨ ਘੱਟ ਹੁੰਦੀ ਹੈ, ਜਰਮੀਨੇਸ਼ਨ ਜਿਹੜੀ ਪਾਵਰ ਆ ਉਹ ਉੱਥੇ ਘੱਟ ਜਾਂਦੀ ਹੈ। ਠੀਕ ਹੈ, ਇਹ ਮਨੁੱਖਾਂ 'ਚ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਲੋਕਾਂ ਨੂੰ ਸ਼ੂਗਰ ਹੁੰਦਾ ਉਹਨਾਂ ਦੀ ਜੰਮਣ ਸ਼ਕਤੀ 'ਤੇ ਮਾਰੂ ਅਸਰ ਆਉਂਦਾ। ਸੋ ਗੰਨੇ ਦੇ ਹੇਠਲੇ ਭਾਗ 'ਚ ਜਿੰਨਾ ਹਿੱਸਾ ਕਾਲੇ ਰੰਗ ਦੀਆਂ ਪੋਰੀਆਂ ਦਾ ਉੱਥੇ ਸ਼ੂਗਰ ਜ਼ਿਆਦਾ ਹੈਗਾ, ਤਾਂ ਇਸ ਕਰਕੇ ਅਸੀਂ ਇਹ ਹਿੱਸਾ ਨਹੀਂ ਇਸਤੇਮਾਲ ਕਰਨਾ। ਉਸ ਤੋਂ ਉੱਪਰ ਦਾ ਹਿੱਸਾ ਜਿਹੜਾ ਹੈਗਾ, ਦੋ ਅੱਖਾਂ ਦੀ ਇੱਕ ਪੋਰੀ ਬਣਾਉਣੀ ਹੈ, ਅਤੇ ਪੋਰੀ ਬਣਾਉਣ ਦਾ ਤਰੀਕਾ ਤੁਸੀਂ ਦੇਖ ਹੀ ਲਿਆ, ਇੱਕ ਅੱਖ ਇਸ ਸਿਰੇ 'ਤੇ ਆ ਪੋਰੀ ਦੇ, ਅਤੇ ਦੂਜੀ ਅੱਖ ਦੂਜੀ ਪੋਰੀ 'ਤੇ ਹੈ ਇਸ ਗੰਢ ਦੇ ਨਾਲ। ਤਾਂ ਆਪਾਂ ਕੀ ਕਰਨਾ, ਇੱਥੋਂ ਕੱਟ ਲਿਆ ਇੱਕ ਪਾਸਾ, ਅਤੇ ਦੂਜਾ ਪਾਸਾ ਇੱਥੋਂ ਕੱਟ ਲਿਆ, ਅਤੇ ਹੁਣ ਸਾਡੇ ਕੋਲ ਕਿੰਨੀਆਂ ਅੱਖਾਂ ਦੀ ਪੋਰੀ ਆ ਗਈ? ਦੋ ਅੱਖਾਂ ਦੀ ਪੋਰੀ। ਤਾਂ ਇਸ ਦੋ ਅੱਖਾਂ ਦੀ ਪੋਰੀ ਤੋਂ ਅਗਲਾ ਕੰਮ ਆਪਾਂ ਕੀ ਲੈਣਾ?